बार चर्चा के नाल नाल परचियां का बड़ा जिक्र है सिमरजीत बैंस नूं लैके। भुल गए तुसीं परचे दा मुढ कदीम तों ही तुसीं मुकदमे ते एफ आई आर कहिंदे हो, मैं कहिंदा मेरे लई गोल्ड मैडल आ। परचे बैंस ते नहीं हुंदे, इह सच्चाई नूं दवाउण वास्ते आ। इमानदारी दे नाल चलदी सेवा दे अंदर रोड़ा अटकाउण विघन पाउण वास्ते परचे आ, जिहदी सिमरजीत बैंस ने गुरु की कृपा संगत की दुआ दे नाल कदे परवाह ही नहीं मारी। ਬੈਂਸ ਆਟੇ ਦਾ ਦੀਵਾ ਵੀ ਨਹੀਂ ਹੈ, ਇੱਦਾਂ ਦੇ ਚੂਹੇ ਚੱਕੀ ਫਿਰਨ ਅਤੇ ਚੂਹੇ ਫੁੱਟ ਜੇ ਵੀ ਵਾੜਨੇ ਆਉਂਦੇ ਆ ਸਾਨੂੰ ਕਿਵੇਂ ਵਾੜੀ ਦੇ। ਇਹਨਾਂ ਨੂੰ ਤਾਂ ਰਾਤ ਨੂੰ ਸੁਪਨੇ ਜੇ ਵੀ ਬੈਂਸ ਹੀ ਡਰਾਉਂਦਾ, ਸੁਪਨੇ ਜੀ ਬੜਾ ਬੜਾ ਕੇ ਉੱਠਦੇ ਆ ਵੀ ਬੈਂਸ ਆ ਗਿਆ ਬੈਂਸ ਆ ਗਿਆ। ਇਸ ਵਾਰ ਤੁਹਾਨੂੰ ਕਿਉਂ ਲੱਗ ਰਿਹਾ ਕਿ ਇੱਕ ਵਾਰ ਫਿਰ ਆਤਮਨਗਰ ਦੇ ਜੋ ਲੋਕ ਨੇ ਤੁਹਾਡੇ 'ਤੇ ਭਰੋਸਾ ਕਰਨਗੇ? ਕੀ ਤੁਹਾਡਾ ਰਿਪੋਰਟ ਕਾਰਡ ਲੋਕ ਦੱਸਣਗੇ 20 ਤਰੀਕ ਨੂੰ? ਉਸਤਾਦ ਲੋਕ ਬੈਠੇ ਆ, ਮੈਂ ਕੀ ਕੀਤਾ 5 ਸਾਲ ਦੇ ਵਿੱਚ, ਇਹ ਜਵਾਬ ਦੇਣਗੇ, ਇਹ ਮੈਨੂੰ ਨੰਬਰ ਦੇਣਗੇ। ਬੀਜੇਪੀ ਨਾਲ ਕੋਈ ਤੁਹਾਡੀ ਡੀਲ ਹੋ ਰਹੀ ਸੀ ਜੋ ਸਾਨੂੰ ਪਤਾ ਲੱਗਦੀ, ਹੁਣ ਪੁਸ਼ਟੀ ਤੁਸੀਂ ਕਰਨੀ ਹੈ। ਸੂਤਰ ਕਹਿੰਦੇ ਕਿ ਤੁਸੀਂ ਚਾਹੁੰਦੇ ਸੀ ਅਲਾਇੰਸ ਹੋ ਜਾਓ, ਚਾਹੁੰਦੇ ਸੀ ਤੁਸੀਂ ਪਾਰਟੀ 'ਚ ਸ਼ਾਮਲ ਹੋ ਜਾਓ। ਅਸੀਂ ਅਸਲ ਸਥਿਤੀ ਕੀ ਸੀਗੀ, ਤੁਸੀਂ ਬੀਜੇਪੀ ਨਾਲ ਤੁਹਾਡਾ ਰਾਬਤਾ ਸੀਗਾ? ਕਦੇ ਹੋ ਹੀ ਨਹੀਂ ਸਕਦਾ, ਲੋਕ ਇਨਸਾਫ ਪਾਰਟੀ ਦਾ ਆਪਣਾ ਵਜੂਦ ਆ। ਅਲਾਇੰਸ ਪੋਸੀਬਲ ਹੈ ਬੀਜੇਪੀ ਦੇ ਨਾਲ? ਪ੍ਰੀ ਪੋਲ ਸੀ ਉਹ ਤਾਂ ਚਲਿਆ ਗਿਆ, ਹੁਣ ਆ ਗਿਆ ਪੋਸਟ ਪੋਲ, ਉਹ ਦੇਖਾਂਗੇ ਪੰਜਾਬ ਦੀ ਬਿਹਤਰੀ ਵਾਸਤੇ ਕਿਹੜੀ ਧਿਰ ਬਣਦੀ ਆ। ਤੌਰ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੁਸੀਂ ਕੀ ਦੇਖਦੇ ਹੋ, ਪੰਜਾਬ ਦੀ ਸਥਿਤੀ ਕੀ ਦੇਖ ਰਹੇ ਹੋ? ਭਗਵੰਤ ਮਾਨ, ਚਰਨਜੀਤ ਸਿੰਘ ਚੰਨੀ ਜਾਂ ਸੁਖਬੀਰ ਸਿੰਘ ਬਾਦਲ? ਕਿਉਂ ਸਿਮਰਜੀਤ ਸਿੰਘ ਬੈਂਸ ਕਿਉਂ? ਨੋ ਡਾਊਟ, ਮੈਂ ਕਹਾਂਗਾ ਕਿ ਸਿਮਰਜੀਤ ਬੈਂਸ ਮੁੱਖ ਮੰਤਰੀ ਬਣਨ ਜਾ ਰਹੇ। ਮੈਂ ਕਦੋਂ ਕਿਹਾ ਵੀ ਨਾ ਬਣੇ? ਮੈਂ ਤਾਂ ਕਹਿੰਦਾ ਦਿਓ, ਮੈਂ ਆਪਣੇ ਲਈ ਥੋੜ੍ਹੀ ਮੰਗ ਰਿਹਾ, ਮੈਂ ਤੁਹਾਡੇ ਲਈ ਮੰਗ ਰਿਹਾ, ਲੋਕਾਂ ਲਈ ਮੰਗ ਰਿਹਾ, ਪੰਜਾਬ ਲਈ ਮੰਗ ਰਿਹਾ, ਅਜਮਾ ਕੇ ਤਾਂ ਦੇਖ ਲਓ। ਪਿਛਲੇ ਇੱਕ ਦਸ਼ਕ ਤੋਂ ਪੰਜਾਬ ਦੀ ਸਿਆਸਤ ਦੀ ਜੇ ਚਰਚਾ ਹੋ ਰਹੀ ਹੋਵੇ ਤਾਂ ਉਹਦੇ ਵਿੱਚੋਂ ਇੱਕ ਨਾਮ ਨਹੀਂ ਭੁੱਲਿਆ ਜਾ ਸਕਦਾ, ਸਿਮਰਜੀਤ ਸਿੰਘ ਬੈਂਸ। ਸਿਮਰਜੀਤ ਸਿੰਘ ਬੈਂਸ ਲੋਕ ਇਨਸਾਫ ਪਾਰਟੀ ਦੇ ਮੁਖੀ, ਇੱਕ ਵਾਰ ਫਿਰ ਆਤਮਨਗਰ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਨੇ, ਮੌਜੂਦਾ ਵਿਧਾਇਕ ਨੇ, ਅਕਸਰ ਚਰਚਾ ਦੇ ਵਿੱਚ ਰਹਿੰਦੇ ਨੇ ਪਰ ਇਸ ਵਾਰ ਚਰਚਿਆਂ ਦੇ ਨਾਲ ਪਰਚੇ ਵੀ ਨੇ। ਸਾਡੇ ਨਾਲ ਆ ਗਏ ਨੇਤਾ ਜੀ ਪ੍ਰੋਗਰਾਮ ਦੇ ਵਿੱਚ ਨੇ, ਸਿਮਰਜੀਤ ਸਿੰਘ ਬੈਂਸ। ਬੈਂਸ ਸਾਹਿਬ ਸਵਾਗਤ ਹੈ ਤੁਹਾਡਾ ਦੈਨਿਕ ਸੁਰਾ ਟੀਵੀ 'ਤੇ। ਜਿਵੇਂ ਮੈਂ ਜ਼ਿਕਰ ਕਰ ਰਿਹਾ ਕਿ ਜੇ ਪੰਜਾਬ ਦੀ ਸਿਆਸੀ ਚਰਚਾ ਹੋਣੀ ਹੈ ਤਾਂ ਸਿਮਰਜੀਤ ਸਿੰਘ ਬੈਂਸ ਦਾ ਨਾਮ ਨਹੀਂ ਭੁੱਲਿਆ ਜਾ ਸਕਦਾ, ਪਰ ਇਸ ਵਾਰ ਚਰਚਾ ਦੇ ਨਾਲ ਨਾਲ ਪਰਚਿਆਂ ਦਾ ਬੜਾ ਜ਼ਿਕਰ ਆ ਸਿਮਰਜੀਤ ਬੈਂਸ ਨੂੰ ਲੈ ਕੇ। ਭੁੱਲ ਗਏ ਤੁਸੀਂ, ਪਰਚੇ ਦਾ ਮੁੱਢ ਕਦੀਮ ਤੋਂ ਹੀ ਆ। ਜੇ ਸਰਕਾਰ ਹਾਈਕੋਰਟ ਦੇ ਅੰਦਰ ਐਫੀਡੈਵਿਟ ਦਿੰਦੀ ਆ ਤਾਂ ਉਹ ਲਿਖਦੀ ਆ ਵੀ ਦੋ ਦਰਜਨ ਤੋਂ ਜ਼ਿਆਦਾ ਇਹਦੇ 'ਤੇ ਮੁਕੱਦਮੇ ਆ। ਤੁਸੀਂ ਮੁਕੱਦਮੇ 'ਤੇ ਐਫ ਆਈ ਆਰ ਕਹਿੰਦੇ ਹੋ, ਮੈਂ ਕਹਿੰਦਾ ਮੇਰੇ ਲਈ ਗੋਲਡ ਮੈਡਲ ਆ। ਲੋਕਾਂ ਵਾਸਤੇ ਤ੍ਰਿਪਤ ਤੰਤਰ ਨਾਲ ਲੜਦੇ ਹੋਏ ਅਨੇਕਾਂ ਵਾਰੀ ਜੇਲ੍ਹ 'ਤੇ ਝੂਠੇ ਪਰਚੇ, ਮੈਨੂੰ ਨਿਆਂ ਪ੍ਰਣਾਲੀ ਅਦਾਲਤਾਂ ਦੇ ਉੱਤੇ ਰੱਬ ਵਰਗਾ ਭਰੋਸਾ। 5-4 ਮੁਕੱਦਮੇ ਦਰਜ ਹੁੰਦੇ ਆ, 5-4 'ਚ ਅਦਾਲਤ ਬਾਜਦਤ ਬਰੀ ਕਰ ਦਿੰਦੀ ਹੈ। ਸੋ ਇਸ ਕਰਕੇ ਪਰਚੇ ਬੈਂਸ 'ਤੇ ਨਹੀਂ ਹੁੰਦੇ, ਇਹ ਸੱਚਾਈ ਨੂੰ ਦਵਾਉਣ ਵਾਸਤੇ ਆ। ਇਮਾਨਦਾਰੀ ਦੇ ਨਾਲ ਚੱਲਦੀ ਸੇਵਾ ਦੇ ਅੰਦਰ ਰੋੜਾ ਅਟਕਾਉਣ ਵਿਘਨ ਪਾਉਣ ਵਾਸਤੇ ਪਰਚੇ ਆ, ਜਿਹਦੀ ਸਿਮਰਜੀਤ ਬੈਂਸ ਨੇ ਗੁਰੂ ਦੀ ਕਿਰਪਾ ਸੰਗਤ ਦੀ ਦੁਆ ਦੇ ਨਾਲ ਕਦੇ ਪਰਵਾਹ ਹੀ ਨਹੀਂ ਮਾਰੀ। ਇਸ ਵਾਰੀ ਤਾਂ ਬੜਾ 307 ਦਾ ਪਰਚਾ ਹੋਇਆ, ਤੁਸੀਂ ਇੱਕ ਦਿਨ 'ਚ ਜੇਲ੍ਹ 'ਚੋਂ ਬਾਹਰ ਆ ਗਏ, ਕਹਿੰਦੇ ਇਹ ਕਿਵੇਂ ਹੋ ਗਿਆ? ਆਮ ਕੋਈ ਜਾਵੇ ਤਾਂ 307 ਵਾਲੇ ਪਰਚੇ 'ਚ ਤਾਂ ਜੇਲ੍ਹ ਨਹੀਂ ਸੀਗੀ, ਉਹ ਇਨਵੈਸਟੀਗੇਸ਼ਨ ਮੈਨੂੰ ਜਵਾਇਨ ਕਰਾਈ ਉਹਨਾਂ ਨੇ, ਲੈ ਕੇ ਗਏ। ਮੈਂ IPS ਅਧਿਕਾਰੀ, ਉਹਨਾਂ ਦੇ ਅੰਦਰ ਵੀ ਆਤਮਾ, ਮੈਨੂੰ ਕਿਹਾ ਮੇਰੀ ਗੱਲ ਸੁਣ ਲਓ, ਤੁਸੀਂ ਅਰੈਸਟ ਪਾਉਣੀ ਹੈ, ਜੇਲ੍ਹ ਭੇਜਣਾ, ਨੋ ਐਨੀ ਪ੍ਰੋਬਲਮ, ਮੈਂ ਜੇਲ੍ਹ ਤੋਂ ਨਹੀਂ ਡਰਦਾ, ਕੋਈ ਪਹਿਲੀ ਵਾਰੀ ਜੇਲ੍ਹ ਨਹੀਂ ਜਾਣਾ, ਪਰ ਮੇਰਾ ਪੱਖ ਸੁਣ ਲਓ। ਜੇ ਤੁਸੀਂ ਮੇਰਾ ਪੱਖ ਸੁਣਨ ਤੋਂ ਬਾਅਦ ਖੰਗਾਲੋਗੇ, ਸੱਚਾ ਪਾਇਆ ਗਿਆ, ਫਿਰ ਅਰੈਸਟ ਨਾ ਪਾਇਓ। ਮੇਰੇ ਸਮੇਤ ਜਿੰਨੇ ਝੂਠੇ ਨਾਮ ਪਰਚੇ 'ਚ ਪਾਏ ਉਹ ਸਾਰੇ ਇਨਵੈਸਟੀਗੇਸ਼ਨ ਜੁਆਇਨ ਕਰਨਗੇ, ਅਤੇ ਜੇ ਮੇਰੀਆਂ ਗੱਲਾਂ ਤੁਹਾਡੇ ਪੈਰਾਮੀਟਰ 'ਤੇ ਝੂਠੀਆਂ ਹੋਈਆਂ ਫਿਰ ਜੇਲ੍ਹ ਤੋੜ ਦਿਓ। 15 ਬੰਦੇ ਜਿਹੜੇ ਮੌਕੇ 'ਤੇ ਹੈ ਨਹੀਂ, ਪਹਿਲੀ ਗੱਲ ਵੱਡੀ ਝੂਠੀ ਇਹ ਹੋ ਗਈ, ਮੈਂ ਉਹਨਾਂ ਦੇ ਫੋਨ ਨੰਬਰ 'ਤੇ ਪੁਲਿਸ ਨੇ ਉਹਨਾਂ ਦਾ ਟਾਵਰ ਲੋਕੇਸ਼ਨ ਚੈੱਕ ਕੀਤਾ, ਹੈਰਾਨ ਰਹਿ ਗਏ ਵੀ ਇਹ ਕੀ ਹੋਇਆ। ਇਹ ਇੱਕ ਕੰਸਪਰੇਸੀ ਸੀ, ਸਾਜਿਸ਼ ਸੀ। ਮੇਰੇ ਉਹ ਦੋਸਤ ਜਿਹੜੇ ਮੇਰੇ ਨਾਲ ਕੰਪੇਨ 'ਤੇ ਨਹੀਂ ਹੈਗੇ ਪਰ ਹੈਗੇ ਸਰਗਰਮ ਮੇਰੇ ਸਾਥੀ ਆ, ਵੀ ਬੈਂਸ ਦੀ ਕੰਪੇਨ ਨੂੰ ਖੇਰੂੰ ਕਿਵੇਂ ਕਰਨਾ, ਇਹ ਉਹਨਾਂ ਦਾ ਪ੍ਰੋਗਰਾਮ ਸੀ। ਪਰ ਪੰਜਾਬੀ ਜਗਤ ਦੀਆਂ ਅਰਦਾਸ ਅਤੇ ਦੁਆਵਾਂ ਨੇ ਪੁਲਿਸ ਅਫਸਰਾਂ ਨੂੰ ਨਿਆਂ ਦੇਣ ਵਾਸਤੇ ਇਸ ਰਸਤੇ ਨੂੰ ਤੋਰ ਦਿੱਤਾ। ਮੈਂ ਪੁਲਿਸ ਦਾ ਵੀ ਧੰਨਵਾਦ ਕਰਦਾ ਵੀ ਉਹ ਨਿਆਂ ਦੇਣ ਵਾਸਤੇ ਤੁਰ ਪਏ, ਵੀ ਠੀਕ ਆ, 12:30 ਵਜੇ ਜਦੋਂ ਸਾਰਾ ਕੁਝ ਸਾਹਮਣੇ ਆ ਗਿਆ ਅਤੇ ਰਿਹਾਈ ਕਰ ਦਿੱਤੀ। ਕੜਵਲ ਹੁਣੀ ਤਾਂ ਵੀਡੀਓ ਜਾਰੀ ਕਰ ਰਹੇ, ਇੱਕ ਵੀਡੀਓ ਬੜੀ ਵਾਇਰਲ ਹੋਈ, ਕਹਿੰਦੇ ਤੁਸੀਂ ਉਹਦੇ 'ਚ ਫਾਇਰ ਕਰਦੇ ਵਿਖਾਈ ਦੇ ਰਹੇ ਹੋ, ਸਲੋ ਮੋਸ਼ਨ ਕਰਕੇ ਦਿਖਾਉਂਦੇ, ਤੁਸੀਂ ਸੀਗੇ ਕਿ ਨਹੀਂ? ਦੇਖੋ ਗੱਲ ਸੁਣੋ, ਤੁਸੀਂ ਦੇਖ ਲਓ, ਤੁਸੀਂ ਐਕਸਪਰਟ ਹੋ, ਤੁਸੀਂ ਵੱਡੀ ਸਕਰੀਨ 'ਤੇ ਲਾ ਕੇ ਦੇਖੋ ਵੀ ਬੈਂਸ ਦੇ ਹੱਥ 'ਚ ਕੀ ਹੈਗਾ। ਫਾਇਰ ਕਾਹਦੇ ਨਾਲ ਹੁੰਦਾ? ਮੂੰਹ ਨਾਲ, ਫਾਇਰ ਤਾਂ ਕਿਸੇ ਗੰਨ ਨਾਲ ਹੀ ਹੋਊਗਾ। ਤੁਸੀਂ ਇਹ ਉਹ ਵੀਡੀਓ ਨੂੰ, ਤੁਹਾਡੇ ਕੋਲ ਸਾਰੇ ਇੰਸਟਰੂਮੈਂਟ ਆ, ਤੁਸੀਂ ਲੋਕਾਂ ਨੂੰ ਸੱਚਾਈ ਦੱਸੋ, ਤੁਹਾਡੀ ਡਿਊਟੀ ਆ, ਤੁਸੀਂ ਵੀ ਦੱਸੋ ਸਾਡੇ ਜ਼ਰੀਏ। ਮੈਂ ਤਾਂ ਕਹਿ ਰਿਹਾ ਵੀ
हाथी नंगदा कतूरिया का काम अपना बैंस सत्कार दे नाल डबल सत्कार इज्जत दे नाल डबल इज्जत दोनों हाथ जोड़ के जी ते बैंस आटे का दीवा भी नहीं है इदा के चूहे चक्की फिरन ते चूहे खुट जे भी वाड़ने आउंदे आ सानू किवें वाड़ी दे गुंडागर्दी नहीं बर्दाश्त तुसी रिस्पैक्टफुली अपनी कंपेन करो तुसी किसी दे घरे जाओ पर किसी नू धमकी दे के तुसी सोचो लोकतंत्र आ ये वोट लखां कुर्बानियां तो बाद सैकड़े साल मुगल ते अंग्रेजां दे गुलाम रहे हैं डॉक्टर भीमराव अंबेदकर साहब सानू महान ग्रंथ संविधान दा राणी दे गर्भ दे विचों राजा पैदा हुंदा सी बंद करके मतदान पेटी दे गर्भ चों पैदा करना शुरू करके गया ते तुसी उस मतदान नू अंडर प्रेशर करके कहो भी अपने हक च भुगतौणा खास करके आत्मनगर का वोटर बड़ा सूरवीर ते योधा नहीं मनता किसी की गल आत्मनगर च स्थिति यहोजी हैगी कड़वल शायद मैं सुन रहा कहते पुराने तुहाडे साथी हुंदे सी इहो जी स्थिति क्यों बनी आमो सामने हो जाते जिते तुसी दोवें लीडर या तुहाडे समर्थक टक्करदे ने उत्थे फिर टकरा ही हुंदा कोई चज का सवाल कर लो ये बड़ा पुराना हो गया नहीं नहीं मैं फिर इस तों बाद आवांगा ना तुहाडे हल्के ते भी आवांगा चज दा ही करांगे करो नहीं चज दा हैगा किहड़े बंदे दा नाम लई जाणा जिन्हें दोस्ती नूं कलंक लाया होवे छड्ड दिओ इस गल नूं तां 8 साल पुरानी गल आ ताज़ा सवाल करो कोई मैं ही कह रहा स्थिति यहोजी क्यों फिर मैं उस तो बाद कड़वल होना तो बाद आ जाता हरीश राय टांडा तुहाडे जिहड़े विरोधी हुंदे ने ਉਹ ਇਸ ਤਰ੍ਹਾਂ ਸਿਮਰਜੀਤ ਬੈਂਸ ਦੇ ਮਗਰ ਕਿਉਂ ਪੈਂਦੇ ਨੇ ਹਰੀਸ਼ ਰਾਏ ਟਾਂਡਾ ਵੀ ਕੇਸ ਖੋਲਦੇ ਰਹਿੰਦੇ ਨੇ ਵੇ ਕੜਵਲ ਫਿਰ ਤੁਸੀਂ ਤੁਹਾਨੂੰ ਭਾਵੇਂ ਸਵਾਲ ਪਸੰਦ ਨਹੀਂ ਆ ਰਿਹਾ ਮੈਂ ਜਵਾਬ ਇਹ ਜਾਣਨਾ ਚਾਹੁੰਦਾ ਰਾਣਾ ਕਰਕੇ ਗਿਆ ਵੀ ਤੁਸੀਂ ਕਰੰਟ ਇਸ਼ੂ ਤੇ ਆਓ ਹਰੀਸ਼ ਰਾਏ ਟਾਂਡਾ ਤੋਂ ਵੋਟਾਂ ਦੇਖੋ ਇਸ ਕਰਕੇ ਮੈਂ ਕਹਿ ਰਿਹਾ ਦੱਸ ਰਿਹਾ ਤੁਹਾਨੂੰ ਹਰੀਸ਼ ਰਾਏ ਟਾਂਡਾ ਜਿੱਦਣ ਕਚਹਿਰੀ ਦੇ ਵਿੱਚ ਬੰਬ ਫਟਦਾ ਉਹ ਇੱਕ ਪ੍ਰੈਸ ਕਾਨਫਰੰਸ ਤੁਰੰਤ ਕਾਲ ਕਰਦੇ ਆ ਔਨ ਰਿਕਾਰਡ ਆ ਤੁਹਾਡਾ ਚੈਨਲ ਦਾ ਵੀ ਰਿਪੋਰਟਰ ਗਿਆ ਹੋਊਗਾ ਉਹ ਕਹਿੰਦੇ ਜੀ ਇਹ ਬੈਂਸ ਬੰਬ ਨੇ ਇਹ ਬੰਬ ਜਿਹੜਾ ਬੈਂਸ ਨੇ ਫਟਾਇਆ ਇੱਥੇ ਦੂਜਾ ਚਵਲ ਬੋਲਿਆ ਵੀ ਗੋਲੀ ਬੈਂਸ ਨੇ ਚਲਾਈ ਹੈ ਇਹਨਾਂ ਨੂੰ ਤਾਂ ਰਾਤ ਨੂੰ ਸੁਪਨੇ 'ਚ ਵੀ ਬੈਂਸ ਹੀ ਡਰਾਉਂਦਾ ਸੁਪਨੇ 'ਚ ਵੀ ਬੜਾ ਬੜਾ ਕੇ ਉੱਠਦੇ ਆ ਵੀ ਬੈਂਸ ਆ ਗਿਆ ਬੈਂਸ ਆ ਗਿਆ ਇੱਥੇ ਗੱਲ ਕੁਛ ਨਹੀਂ ਹੈਗਾ ਤੁਹਾਡੇ ਹਲਕੇ 'ਤੇ ਆ ਜਾਂਦੇ ਹੈ ਇਸ ਵਾਰ ਤੁਹਾਨੂੰ ਕਿਉਂ ਲੱਗ ਰਿਹਾ ਕਿ ਇੱਕ ਵਾਰ ਫਿਰ ਆਤਮਨਗਰ ਦੇ ਜਿਹੜੇ ਲੋਕ ਨੇ ਤੁਹਾਡੇ 'ਤੇ ਭਰੋਸਾ ਕਰਨਗੇ ਕੀ ਤੁਹਾਡਾ ਰਿਪੋਰਟ ਕਾਰਡ ਲੋਕ ਦੱਸਣਗੇ 20 ਤਰੀਕ ਨੂੰ ਮੈਂ ਰਿਪੋਰਟ ਕਾਰਡ ਦੇ ਵਿੱਚ 100 ਦੇ 100 ਨੰਬਰ ਲਿਖਦਾ ਤੁਸੀਂ ਪੜ੍ਹਦੇ ਸੀਗੇ ਤੁਸੀਂ ਆਪਣੇ ਪੇਪਰ ਦੇ ਉੱਤੇ 100 ਵਟੇ 100 ਲਿਖ ਦਿਓ ਤੁਹਾਡੇ ਲਿਖੇ ਥੋੜ੍ਹੀ ਕੰਮ ਆਉਣੇ ਆ ਉਹਦਾ ਟੀਚਰ ਨੇ ਦੇਣੇ ਆ ਇਹ ਬੈਠੇ ਆ ਸਾਰੇ ਉਸਤਾਦ ਲੋਕ ਜਵਾਬ ਤਾਂ ਲਿਖ ਕੇ ਆਉਂਦਾ ਹੀ ਹੈ ਨਾ ਜਵਾਬ ਕਹੀਦਾ ਜਾਂਦਾ ਵੀ ਇਹ ਉਸਤਾਦ ਲੋਕ ਬੈਠੇ ਆ ਮੈਂ ਕੀ ਕੀਤਾ 5 ਸਾਲ ਦੇ ਵਿੱਚ ਇਹ ਜਵਾਬ ਦੇਣਗੇ ਇਹ ਮੈਨੂੰ ਨੰਬਰ ਦੇਣਗੇ ਸਾਡੇ ਸਾਰੇ ਕੰਮ ਘਰਾਂ ਦੇ ਇਹਨਾਂ ਨੇ ਕੀਤੇ ਆ ਜੀ ਮੇਰਾ 12,000 ਪਾਣੀ ਦਾ ਬਿੱਲ ਸੀ ਇਹਨਾਂ ਨੇ ਪਾੜ ਕੇ ਪਰੇ ਸਿੱਟ ਦਿੱਤਾ ਕਹਿੰਦੇ ਜੇ ਕੋਈ ਆਇਆ ਕਹਿ ਦਿਓ ਵੀ ਉਹਨਾਂ ਦਾ ਵੀ ਇਹ ਨਜਾਇਜ਼ ਭੇਜੀ ਜਾਂਦੇ ਉਹ ਸਿਸਟਮ ਤੁਹਾਡਾ ਚੱਲਦਾ ਜਿਹੜਾ ਤੁਸੀਂ ਸੁਵਿਧਾ ਸੈਂਟਰ ਖੋਲਿਆ ਹੋਇਆ ਸੀਗਾ ਆਪਣਾ ਉਸੇ ਤਰ੍ਹਾਂ ਚੱਲੀ ਜਾ ਰਿਹਾ ਬੜਾ ਸਕਸੈਸਫੁਲੀ ਐਂਡ ਮੈਂ ਇਹ ਵੀ ਕਹੂੰਗਾ ਕਿ ਸਰਕਾਰ ਦੇ ਸੇਵਾ ਕੇਂਦਰ ਫੇਲ ਹੋ ਗਏ ਪਰ ਗੁਰੂ ਦੀ ਕਿਰਪਾ ਲੋਕ ਇਨਸਾਫ ਪਾਰਟੀ ਦਾ ਸੇਵਾ ਕੇਂਦਰ ਜਿੱਥੇ ਲੋਕ ਆਪਣਾ ਕੰਮ ਦੇ ਕੇ ਆਉਂਦੇ ਆ ਅਤੇ ਸਟਾਫ ਫੋਨ ਕਰਦਾ ਵੀ ਸਰ ਕੰਮ ਹੋ ਗਿਆ ਤੁਹਾਡਾ ਜਦੋਂ ਟਾਈਮ ਹੋਇਆ ਤਾਂ ਆਪਣਾ ਆ ਕੇ ਹੋਇਆ ਹੋਇਆ ਕੰਮ ਲੈ ਜਾਓ ਇਹ ਬਾਬੇ ਦੀ ਕਿਰਪਾ ਦਿਆਨਤਦਾਰੀ ਅਤੇ ਇਮਾਨਦਾਰੀ ਇਹ ਪੈਰਾਮੀਟਰ ਹੈ ਉਹ ਸੇਵਾ ਕੇਂਦਰ ਨੂੰ ਚਲਾਉਣ ਵਾਸਤੇ ਤੁਸੀਂ ਬੜੇ ਕੌਨਫੀਡੈਂਟ ਨਜ਼ਰ ਆ ਰਹੇ ਹੋ ਕਿ ਇਸ ਵਾਰ ਸਰਕਾਰ ਤੁਹਾਡੇ ਬਿਨਾ ਨਹੀਂ ਬਣੇਗੀ ਕਿਵੇਂ ਉਹ ਮੀਡੀਆ ਵਾਲੇ ਮੈਂ ਤਾਂ ਨਾਲ ਕਿਹਾ ਵੀ ਇਹ ਵੀ ਟੀਵੀ 'ਤੇ ਅਖਬਾਰਾਂ ਵਾਲੇ ਬੋਲ ਰਹੇ ਆ ਵੀ ਇੱਕ ਇੱਕ MLA ਨਾਲ ਗਵਰਨਮੈਂਟ ਬਣਨੀ ਹੈ ਅਲਾਇੰਸ ਕਿਹਦੇ ਨਾਲ ਹੋਊਗਾ ਅੱਛਾ ਬੜਾ ਸਸਪੈਂਸ ਹੈ ਕਹਿੰਦੇ BJP ਨਾਲ ਹੋਇਆ ਕੀ BJP ਨਾਲ ਕੋਈ ਤੁਹਾਡੀ ਡੀਲ ਹੋ ਰਹੀ ਸੀ ਜੋ ਸਾਨੂੰ ਪਤਾ ਲੱਗਦੀ ਹੁਣ ਪੁਸ਼ਟੀ ਤੁਸੀਂ ਕਰਨੀ ਹੈ ਅੱਜ ਸੂਤਰ ਕਹਿੰਦੇ ਕਿ ਤੁਸੀਂ ਚਾਹੁੰਦੇ ਸੀ ਅਲਾਇੰਸ ਹੋ ਜਾਓ ਉਹ ਚਾਹੁੰਦੇ ਸੀ ਤੁਸੀਂ ਪਾਰਟੀ 'ਚ ਸ਼ਾਮਲ ਹੋ ਜਾਓ ਅਸੀਂ ਅਸਲ ਸਥਿਤੀ ਕੀ ਸੀਗੀ ਤੁਸੀਂ BJP ਨਾਲ ਤੁਹਾਡਾ ਰਾਬਤਾ ਸੀਗਾ ਗੱਲ ਸੁਣਾਈ ਕਦੇ ਹੋ ਹੀ ਨਹੀਂ ਸਕਦਾ ਲੋਕ ਇਨਸਾਫ ਪਾਰਟੀ ਦਾ ਆਪਣਾ ਵਜੂਦ ਆ ਆਪਣਾ ਮਕੈਨਿਜ਼ਮ ਆ 117 ਹਲਕਿਆਂ ਦੇ ਵਿੱਚ ਸਾਡਾ ਜਥੇਬੰਦਕ ਢਾਂਚਾ 2 MLA ਆ ਸ਼੍ਰੋਮਣੀ ਕਮੇਟੀ ਮੈਂਬਰ ਆ ਅਨੇਕਾਂ ਪੰਚ ਸਰਪੰਚ ਬਲਾਕ ਸੰਮਤੀ ਮੈਂਬਰ ਕੌਂਸਲਰ ਸਾਡੇ ਕੋਲ ਢਾਂਚਾ ਪੰਜਾਬ ਵਿਧਾਨ ਸਭਾ ਦੇ ਅੰਦਰ ਲੋਕ ਇਨਸਾਫ ਪਾਰਟੀ ਦਾ ਦਫ਼ਤਰ ਆ ਵਾਈ ਮਰਜਰ ਇਹਦਾ ਕੋਰੀਆਂ ਝੂਠੀਆਂ ਗੱਲਾਂ ਨੇ ਨੋ ਐਨੀ ਮਰਜਰ ਵਿਦ ਐਨੀ ਵਿਦ ਅਲਾਇੰਸ ਅਲਾਇੰਸ ਕੈਨ ਅਲਾਇੰਸ ਪੋਸੀਬਲ ਹੈ BJP ਦੇ ਨਾਲ ਦੇਖੋ ਜਿਹੜਾ ਪ੍ਰੀ ਪੋਲ ਸੀ ਉਹ ਤਾਂ ਚਲਿਆ ਗਿਆ ਹੁਣ ਆ ਗਿਆ ਪੋਸਟ ਪੋਲ ਉਹ ਦੇਖਾਂਗੇ ਪੰਜਾਬ ਦੀ ਬਿਹਤਰੀ ਵਾਸਤੇ ਕਿਹੜੀ ਧਿਰ ਬਣਦੀ ਆ ਜੇ ਕੋਈ ਚੰਗੀ ਧਿਰ ਲੁੱਟ ਮਾਫੀਆ ਨੂੰ ਨਕੇਲ ਪਾਉਣ ਵਾਲੀ ਕਰਪਸ਼ਨ ਨੂੰ ਨਕੇਲ ਪਾਉਣ ਵਾਲੀ ਆਊਗੀ ਫਿਰ ਪੋਸਟ ਪੋਲ ਅਲਾਇੰਸ ਦੇ ਉੱਤੇ ਪੰਜਾਬ ਦੇ ਇੱਕ ਵੱਡੇ ਸਿਆਸਤਦਾਨ ਨਾਲ ਗੱਲ ਕਰ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਆਪਾਂ ਨੂੰ ਵੋਟਰ ਨੂੰ ਦੱਸਣਾ ਪਊਗਾ ਹਜੇ ਵੋਟਾਂ ਪੈਣੀਆਂ ਜੇ ਪੋਸਟ ਪੋਲ ਅਲਾਇੰਸ ਹੁੰਦਾ ਆਮ ਆਦਮੀ ਪਾਰਟੀ ਤੁਹਾਡੀ ਲਾਈਕ ਮਾਈਂਡਡ ਹੈ ਜਾਂ BJP ਤੁਹਾਡੀ ਲਾਈਕ ਮਾਈਂਡਡ ਹੈ ਜਾਂ ਕਾਂਗਰਸ ਦੇ ਨਾਲ ਵੀ ਤੁਸੀਂ ਜਾ ਸਕਦੇ ਇੱਕ ਕਲੀਅਰ ਕਰੋ ਦੱਸੋ ਹੁਣ ਜਿਹੜਾ ਲਾਈਕ ਮਾਈਂਡਡ ਤਾਂ ਹੁੰਦਾ ਹੀ ਲੱਗਿਆ ਸੱਪ ਲੰਘਿਆ ਹੁਣ ਤੁਸੀਂ ਲਕੀਰ ਕੁੱਟੀ ਜਾਂਦੇ ਹੋ ਇਹ ਸਵਾਲ ਪਹਿਲਾਂ ਕਰਦੇ ਮੈਨੂੰ ਵੋਟਾਂ ਪੈਣੀਆਂ ਬੈਂਸ ਸਾਹਿਬ ਹਜੇ ਤੁਸੀਂ ਪੋਸਟ ਪੋਲ ਦੀ ਗੱਲ ਕਰ ਰਹੇ ਹੋ ਜਦੋਂ ਮੇਰੀ ਗੱਲ ਨਹੀਂ ਸਮਝੇ ਪ੍ਰੀ ਪੋਲ ਤਾਂ ਲੰਘ ਗਿਆ ਨਾ ਪੋਸਟ ਪੋਲ ਦੇਖਿਆ ਜਾਊਗਾ ਵੀ ਕਿਹੜੀ ਕਿਹੜੀ ਧਿਰ ਨੂੰ ਕਿੰਨੇ ਕਿੰਨੇ ਨੰਬਰ ਆਉਂਦੇ ਆ ਉਹ ਨੰਬਰਾਂ ਤੋਂ ਬਾਅਦ ਕਿਹੜੀ ਧਿਰ ਕੀ ਪੰਜਾਬ ਲਈ ਲੈ ਕੇ ਆਉਂਦੀ ਆ ਫਿਰ ਤੈਅ ਕਰਾਂਗੇ ਨਾ ਹਜੇ ਸੋਚਿਆ ਤਾਂ ਹੋਊਗਾ ਕੁਛ ਨਹੀਂ ਹੈਗਾ ਤੁਸੀਂ ਸੋਚਿਆ ਤਾਂ ਹੋਣਾ ਕਿ ਮੈਂ ਇਸ ਪਾਰਟੀ ਦੇ ਨਾਲ ਨਹੀਂ ਜਾਣਾ ਜਾਂ ਜਾਣਾ ਕਿ ਨਹੀਂ ਜਾਣਾ ਸੁਣ ਲਓ ਕੋਈ ਪਾਰਟੀ ਦੇ ਅੰਦਰ 100% ਲੋਕ ਮਾੜੇ ਨਹੀਂ ਹੁੰਦੇ ਕਿਸੇ 'ਚ 100% ਚੰਗੇ ਨਹੀਂ ਹੁੰਦੇ
ਇਹ ਮਿਕਸ ਕੰਮ ਹਰੇਕ ਪਾਰਟੀ ਦੇ ਅੰਦਰ ਆ, ਕਿਸੇ ਪਾਰਟੀ 'ਚ ਚੰਗਿਆਂ ਦੀ ਵੀ ਕਮੀ ਨਹੀਂ ਅਤੇ ਮਾੜਿਆਂ ਦੀ ਵੀ ਕਮੀ ਨਹੀਂ। ਬੈਂਸ ਸਾਹਿਬ, ਜਿਵੇਂ 2017 'ਚ ਆਪਾਂ ਦੇਖਦੇ ਸੀ, ਉਸ ਤੋਂ ਪਹਿਲਾਂ ਤੁਸੀਂ ਦੇਖਿਆ ਤੁਹਾਨੂੰ ਕਿ ਤੁਸੀਂ ਜਿੱਥੇ ਜਾਂਦੇ ਸਟਿੰਗ ਆਪਰੇਸ਼ਨ ਕਰਦੇ ਸੀਗੇ, ਹਮੇਸ਼ਾ ਚਰਚਾ 'ਚ ਰਹਿੰਦੇ ਸੀਗੇ, ਡਰਾਵਾ ਰਹਿੰਦਾ ਸੀ ਅਫਸਰਾਂ ਨੂੰ ਵੀ। ਹੁਣ 2019 ਤੋਂ ਬਾਅਦ ਤੁਸੀਂ ਉਸ ਤਰ੍ਹਾਂ ਨਹੀਂ ਨਜ਼ਰ ਆ ਰਹੇ, ਹਲਕੇ ਜਿਹੇ ਵਿੱਚ ਵਿਚਰਦੇ ਹੋਵੋਗੇ, ਸ਼ਾਇਦ ਹੋ ਸਕਦਾ ਮੈਂ ਗਲਤ ਕਹਿ ਰਿਹਾ ਹਾਂ ਕਿ ਉਹ ਸਿਮਰਜੀਤ ਬੈਂਸ ਨਜ਼ਰ ਨਹੀਂ ਆਉਂਦੇ, ਹਾਲਾਂਕਿ ਜਿਸ ਤਰ੍ਹਾਂ ਪਰਚਿਆਂ ਦਾ ਵਾਰ ਵਾਰ ਪ੍ਰਚਾਰ ਹੁੰਦਾ ਰਿਹਾ। ਮੈਂ ਸਵਾਲ ਪੂਰਾ ਕੰਪਲੀਟ ਕਰ ਲਾਂ ਕਿ ਉਹ ਅੱਜ ਵੀ ਉਹੀ ਸਿਮਰਜੀਤ ਬੈਂਸ ਨੇ ਜੋ ਪਹਿਲਾਂ ਨਜ਼ਰ ਆਉਂਦੇ ਸੀਗੇ, ਜਾਂ ਜਿਸ ਤਰ੍ਹਾਂ ਸਿਮਰਜੀਤ ਬੈਂਸ ਦੇ ਇਰਦ ਗਿਰਦ ਵਿਰੋਧੀਆਂ ਨੇ ਜੋ ਇੱਕ ਸਿਆਸਤ ਤੁਸੀਂ ਕਹਿ ਰਹੇ ਹੋ, ਜਾਂ ਜੋ ਪਰਚੇ ਹੋਏ ਤੁਹਾਡੇ ਦੇ, ਉਹਦਾ ਤੁਹਾਡੇ 'ਤੇ ਪ੍ਰੈਸ਼ਰ ਹੋ ਗਿਆ? ਦੇਖੋ, ਮੈਂ ਤੁਹਾਨੂੰ ਡੇਟ ਐਂਡ ਟਾਈਮ ਵੀ ਮੇਰੇ ਉਦੋਂ ਬਾਅਦ ਦੇ ਵਿੱਚ 2019 ਤੋਂ ਬਾਅਦ ਵਾਲੇ ਟਰੈਪ ਕਿਹੜੇ ਆ ਉਹ ਤੁਹਾਨੂੰ ਸੈਂਡ ਕਰੂੰਗਾ ਅਤੇ ਚਲਾਇਓ ਜ਼ਰੂਰ ਤੁਸੀਂ। ਲੋਕ ਇਨਸਾਫ ਪਾਰਟੀ ਜਿਹੜੀ ਜ਼ੀਰੋ ਗਰਾਊਂਡ ਦੇ ਉੱਤੇ, ਬਾਕੀ ਪਾਰਟੀਆਂ ਅਖਬਾਰਾਂ 'ਚ ਬਿਆਨ ਦਿੰਦੀਆਂ 0% ਟੋਲਰੈਂਸ ਔਨ ਕਰਪਸ਼ਨ, ਲੋਕ ਇਨਸਾਫ ਪਾਰਟੀ ਜੀ ਨੇ ਹਥੇੜੀ 'ਤੇ ਸਰੋਂ ਜਮਾ ਕੇ ਦਿਖਾਈ ਹੈ। ਜੇ ਕਿਸੇ IAS ਨੇ ਕਿਸੇ ਗਰੀਬ ਨੂੰ ਲੁੱਟਿਆ ਨਾ, 50,000 IAS ਦੀ ਜੇਬ 'ਚ ਆ, ਅਤੇ ਸਿਮਰਜੀਤ ਬੈਂਸ ਵੋਟ ਤਾਕਤ ਦੇ ਨਾਲ, ਮੇਰੀ ਨਹੀਂ ਔਕਾਤ, ਉਹ ਵੋਟ ਦੀ ਤਾਕਤ ਆ, ਉਹ ਵੋਟ ਤਾਕਤ ਦੇ ਨਾਲ IAS ਦਾ ਬਾਂਹ ਵੀ ਫੜੀਆ ਜਾ ਕੇ ਵੀ ਤੇਰੀ ਜੇਬ 'ਚ 50,000 ਕੱਢ ਅਤੇ ਮੋੜ ਇਹਦਾ, ਅਤੇ ਸਰਕਾਰ ਦੀ ਮਜਬੂਰੀ, ਸੱਪ ਦੇ ਮੂੰਹ 'ਚ ਕੋੜ ਕਿਹੜੀ ਜੇ ਖਾਵੇ ਕੋੜੀ, ਛੱਡੇ ਦਾ ਕਲੰਕੀ, ਅਤੇ ਸਰਕਾਰ ਨੂੰ ਡਿਸਮਿਸ ਕਰਨੇ ਪੈਂਦੇ ਆ। ਮੈਂ ਤੁਹਾਨੂੰ 2019 ਤੋਂ ਬਾਅਦ ਦੇ, ਅੱਛਾ ਦੋ ਸਵਾਲ ਹੋਰ ਲਵਾਂਗਾ। ਇਹ ਵੀ ਬੜੀ ਚਰਚਾ ਚੱਲਦੀ, ਕਹਿੰਦੇ ਭਾਰਤ ਭੂਸ਼ਣ ਆਸ਼ੂ ਨਾਲ ਦੋਸਤੀ ਹੋ ਗਈ, ਦੋਸਤੀ ਹੈ ਜਾਂ ਨਹੀਂ ਤੁਹਾਡੀ? ਕਹਿੰਦੇ ਇਸ ਕਰਕੇ ਸਿਮਰਜੀਤ ਬੈਂਸ ਬਚਦੇ ਵੀ ਆਏ ਭਾਵੇਂ ਜਿੰਨੇ ਮਰਜ਼ੀ ਸੰਗੀਨ ਆਰੋਪ ਲੱਗਦੇ। ਅਦਾਲਤ ਆ, ਸੁਪਰੀਮ ਕੋਰਟ ਦੇ ਵਿੱਚ ਆ ਹੁਣ ਤਾਂ ਕੇਸ ਦਾ, ਪਹਿਲਾਂ ਦੱਸ ਕੇ ਹਟਿਆ ਵੀ ਅਦਾਲਤ ਦੇ ਉੱਤੇ ਰੱਬ ਵਰਗਾ ਭਰੋਸਾ ਮੈਨੂੰ, ਕੇਸ ਸੁਪਰੀਮ ਕੋਰਟ ਚਲੇ ਗਿਆ, ਇੱਥੇ ਹੁਣ ਕਿੱਥੇ ਆਸ਼ੂ ਰੜਕਦਾ? ਹਾਈ ਕੋਰਟ, ਲੋਅਰ ਕੋਰਟ, ਦੈਨ ਅਪੈਕਸ ਕੋਰਟ, ਦੇਸ਼ ਦੀ ਸਭ ਤੋਂ ਉੱਚ ਅਦਾਲਤ ਸੁਪਰੀਮ ਕੋਰਟ, ਉੱਥੇ ਕੇਸ ਚੱਲਿਆ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ, ਪੱਲੇ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ, ਫਿਰ ਡਰ ਕਿਸੇ ਦਾ ਨਹੀਂ। ਜਿੱਦਣ ਬੈਂਸ ਦੋਸ਼ੀ ਤੇ ਗਿਲਟੀ ਹੋਊਗਾ ਨਾ, ਉਦਣ ਆਤਮਾ ਨੇ ਦੋ ਸਾਥ। ਬਤੌਰ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੁਸੀਂ ਕੀ ਦੇਖਦੇ ਹੋ, ਪੰਜਾਬ ਦੀ ਸਥਿਤੀ ਕੀ ਦੇਖ ਰਹੇ ਹੋ? ਭਗਵੰਤ ਮਾਨ, ਚਰਨਜੀਤ ਸਿੰਘ ਚੰਨੀ ਜਾਂ ਸੁਖਬੀਰ ਸਿੰਘ ਬਾਦਲ, ਕੀ ਦੇਖ ਰਹੇ ਹੋ ਤੁਸੀਂ ਸਥਿਤੀ? ਕਿਉਂ ਸਿਮਰਜੀਤ ਸਿੰਘ ਬੈਂਸ ਕਿਉਂ ਨਹੀਂ? ਤੁਸੀਂ ਤਾਂ ਕਹਿ ਰਹੇ ਹੋ ਕਿ ਮੈਂ ਤਾਂ ਹੈਗਾ ਹੀ ਹਾਂ ਸਰਕਾਰ ਦੇ ਵਿੱਚ, ਸਰਕਾਰ ਦੇ ਵਿੱਚ ਤਾਂ ਤੁਸੀਂ ਹੈਗੇ ਹੀ ਹੋ, ਉਸ ਤੋਂ ਬਾਅਦ ਤੁਸੀਂ ਦੇਖਦੇ ਹੋ। ਦੇਖੋ, ਮੇਰੀ ਗੱਲ ਸੁਣ ਲਓ, ਨੋ ਡਾਊਟ ਮੈਂ ਕਹਾਂਗਾ ਕਿ ਸਿਮਰਜੀਤ ਬੈਂਸ ਮੁੱਖ ਮੰਤਰੀ ਬਣਨ ਜਾ ਰਹੇ ਨੇ। ਮੈਂ ਕਦੋਂ ਕਿਹਾ ਵੀ ਨਾ ਬਣੇ? ਮੈਂ ਤਾਂ ਕਹਿੰਦਾ ਦਿਓ, ਮੈਂ ਆਪਣੇ ਲਈ ਥੋੜ੍ਹੀ ਮੰਗ ਰਿਹਾ, ਮੈਂ ਤੁਹਾਡੇ ਲਈ ਮੰਗ ਰਿਹਾ, ਲੋਕਾਂ ਲਈ ਮੰਗ ਰਿਹਾ, ਪੰਜਾਬ ਲਈ ਮੰਗ ਰਿਹਾ। ਅਜਮਾ ਕੇ ਤਾਂ ਦੇਖ ਲਓ, ਹਿੰਦੀ ਦੀ ਅਨਿਲ ਕਪੂਰ ਦੀ ਫਿਲਮ ਆਈ ਸੀ, ਇੱਕ ਦਿਨ ਦਾ ਮੁੱਖ ਮੰਤਰੀ ਬੰਦਾ ਨਾਇਕ, ਉਦਾਂ ਦੀ ਸਰਕਾਰ ਬੀਜੇਪੀ ਬਣਾ ਦੇਗੀ? ਚਲੋ, ਬੀਜੇਪੀ ਬਣਾ ਦੇਗੀ, ਇਹ ਮੌਕਾ ਆਉਣ ਦੇ ਦੱਸਾਂ। ਇਹ ਸਨ ਸਿਮਰਜੀਤ ਸਿੰਘ ਬੈਂਸ, ਲੋਕ ਇਨਸਾਫ਼ ਪਾਰਟੀ ਦੇ ਮੁਖੀ, ਜੋ ਕਹਿ ਰਹੇ ਨੇ ਕਿ ਆਤਮ ਨਗਰ ਦੇ ਲੋਕ ਇਹਨਾਂ ਨੂੰ ਇੱਕ ਵਾਰ ਫਿਰ ਵਿਧਾਨ ਸਭਾ ਦੇ ਵਿੱਚ ਜ਼ਰੂਰ ਭੇਜਣਗੇ, ਔਰ ਇਸ ਵਾਰ ਇਹ ਵੀ ਦਾਅਵਾ ਕਰ ਰਹੇ ਕਿ ਇਹਨਾਂ ਦੀ ਸਹਿਯੋਗ ਤੋਂ ਬਿਨਾਂ ਪੰਜਾਬ ਦੇ ਵਿੱਚ ਸਰਕਾਰ ਵੀ ਨਹੀਂ ਬਣ ਸਕਦੀ। ਕੈਮਰਾਮੈਨ ਪ੍ਰਭਜੋਤ ਦੇ ਨਾਲ ਰਮਾਂਸ਼ੂ ਗਾਬਾ, ਦੈਨਿਕ ਸਵੇਰਾ TV, ਆਤਮ ਨਗਰ ਹਲਕਾ, ਲੁਧਿਆਣਾ।